ਜਦੋਂ ਡਿਸਕਾਂ ਚਲਾ ਚਲੂ ਕੇ 100, 200, 300 ਕਿੱਲਾ ਚਲਾ ਕੇ ਰੱਖ ਲੈਂਦੇ ਨੇ, ਉਹ ਚਲਾਉਣ ਤੋਂ ਬਾਅਦ ਨਾ ਜੀ ਫੇਰੇ ਦੇ ਉੱਤੇ ਜਦੋਂ ਟਾਇਰ ਤੁਹਾਡਾ ਲੀਹ ਦੇ ਵਿੱਚ ਆਉਂਦਾ ਅਤੇ ਲੀਹ ਦੀ ਮਿੱਟੀ ਪੂਰੀ ਨਹੀਂ ਕਰਦਾ ਤਾਂ ਇੰਝ ਲੱਗਦਾ ਜਿਵੇਂ ਲਾਈਨਾਂ ਮਾਰਦੇ ਜੀ, ਅਤੇ ਇਨਸ਼ਾਅੱਲਾ ਇਹ ਜੀ ਜ਼ਹੀਰ ਭਾਈ ਉਹਨਾਂ ਦੀ ਮੈਂ ਤਸਵੀਰ ਰਸੀਦ ਵਿਖਾ ਰਿਹਾ ਜੀ, 23/3/2024 ਨੇ ਇਹਨਾਂ ਨੇ ਬੁਕਿੰਗ ਕਰਵਾਈ ਸੀ ਸਾਡੇ ਕੋਲੋਂ, ਅਤੇ ਅਲਹਮਦੁਲਿਲਾ ਅੱਜ ਰੈਡੀ ਹੋ ਗਏ ਜੀ, ਅੱਜ ਤਰੀਕ ਹੈਗੀ ਜੇ ਤਕਰੀਬਨ 4th month 21 ਆ ਮੇਰੇ ਖਿਆਲ ਦੇ ਵਿੱਚ, ਠੀਕ ਆ ਜੀ ਜਨਾਬ ਜ਼ਹੀਰ ਤਾਂ ਮੀਆਂ ਚੰਨੂ ਕੋਲ, ਇਹਦੇ ਨਾਲ ਤੁਹਾਡੇ ਤਵਿਆਂ ਦੀ ਲਾਈਫ ਵੀ ਵੱਧਦੀ ਹੈ, ਤੁਹਾਡੀ ਡਿਸਕਾਂ ਦੀ ਵੀ ਲਾਈਫ ਵੱਧਦੀ ਹੈਗੀ ਜੀ। ਕਿਸੇ ਵੀ ਜ਼ਰਾਈ ਲਾਦਾ, ਇਹ ਨਹੀਂ ਕਿ ਮੇਰੇ ਬਣੇ ਜ਼ਰਾਈ ਲਾਦਾ, ਅਗਰ ਤੁਹਾਡਾ ਕਿਸੇ ਕੋਲ ਵੀ ਕੋਈ ਵੀ ਜ਼ਰਾਈ ਲਾਦ ਕਿਸੇ ਵੀ ਮਾਰਕੀਟ ਦੇ ਵਿੱਚੋਂ ਕਿਸੇ ਕੋਲ ਵੀ ਲੈ ਕੇ ਜਾਂਦੇ, ਇਨਸ਼ਾਅੱਲਾ ਅਸੀਂ ਉਹਨਾਂ ਨਾਲ ਵੀ ਪੂਰਾ ਕੋਆਪਰੇਟ ਕਰੀਦਾ, ਠੀਕ ਆ ਜੀ। ਕਬਜ਼ਾ ਅਸੀਂ ਜਿਹੜੀ ਆ ਪਿੰਨ ਲਗਾਈ ਹੈਗੀ ਆ ਨਾ, ਇਹ 2.5 inches ਦੀ ਕਰ ਦਿੱਤੀ ਆ, 1.5 inches ਦੀ ਚੱਲਦੀ ਪਈ ਆ ਪੂਰੇ ਉਗਾੜਾ ਦੇ ਵਿੱਚ, ਮਗਰ ਅਸੀਂ ਆਪਣੀ ਡਿਸਕਾਂ 18 ਤਵੇ ਦੀਆਂ ਵੀ ਨਾ 19 ਤਵੇ ਜਿੰਨੀਆਂ ਕੰਮ ਕਰਦੀਆਂ ਹੈਗੀਆਂ ਜੇ। ਅਸਲਾਮੁਅਲੈਕਮ ਪਾਕਿਸਤਾਨ, ਕੀ ਹਾਲ ਚਾਲ ਆ ਮੇਰੇ ਕਿਸਾਨ ਵੀਰੋ ਦੋਸਤੋ, ਅੱਜ ਮੈਂ ਤੁਹਾਡੀ ਖਿਦਮਤ 'ਚ ਫਿਰ ਹਾਜ਼ਰ ਹਾਂ ਉਗਾੜਾ ਚੋਂ ਜੀ, ਖਲੀਫਾ ਅਫਜ਼ਲ ਜ਼ਰਈ ਇੰਡਸਟਰੀ ਲੋਹਰ ਰੋਡ ਜੀਟੀ ਰੋਡ ਉਗਾੜਾ ਤੋਂ ਜੀ। ਇਹ ਮੇਰਾ ਆਪਣਾ ਯੂਟਿਊਬ ਦਾ ਚੈਨਲ ਹੈ ਖਲੀਫਾ ਮੁਦੱਸਰ ਜੀ। ਅੱਜ ਮੈਂ ਜਿਹੜੀ ਤੁਹਾਨੂੰ ਚੀਜ਼ ਦਿਖਾਉਣ ਲੱਗਾ ਜੇ ਗੋਬਲ ਡਿਸਕ 2024 ਮਾਡਲ ਜਿਹੜਾ ਕਿ ਅਸੀਂ ਨਵਾਂ ਤਿਆਰ ਕੀਤਾ ਹੈਗਾ ਜੇ, ਠੀਕ ਆ ਜੀ। ਇਹਦੀ ਮੁਕੰਮਲ ਵੀਡੀਓ ਮੁਕੰਮਲ ਡਿਟੇਲ ਇਨਸ਼ਾਅੱਲਾ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਅਪਲੋਡ ਕਰਾਂਗਾ ਜੀ। ਮੇਰੀ ਵੀਡੀਓ ਅਗਰ ਅੱਛੀ ਲੱਗੇ ਤਾਂ ਦੋਸਤਾਂ ਸ਼ੇਅਰ ਲਾਜ਼ਮੀ ਕਰਿਆ ਕਰੋ, ਅਤੇ ਮੇਰੇ ਯੂਟਿਊਬ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦਾ ਸ਼ੁਕਰੀਆ, ਔਰ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਤਾਂ ਉਹ ਸਬਸਕ੍ਰਾਈਬ ਕਰ ਲੈਣ, ਤਾਂ ਕਿ ਹਰ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਆ ਤੁਹਾਡੇ ਤੱਕ ਪਹੁੰਚ ਸਕੇ ਜੀ। ਇਹ ਜੀ ਜ਼ਹੀਰ ਭਾਈ ਹੈਗੇ ਨੇ ਜੀ, ਉਹਨਾਂ ਨੇ ਸਾਡੇ ਕੋਲੋਂ ਇਹ ਗੋਬਲ ਤਿਆਰ ਕਰਵਾਈ ਜੇ, ਅਤੇ ਗੋਬਲ ਅਲਹਮਦੁਲਿਲਾ ਪਤਾ ਵਾ ਹਰ ਬੰਦੇ ਨੂੰ ਜਿਹੜੇ ਕਿ ਇਸਤੇਮਾਲ ਕਰਦੇ ਪਏ ਨੇ, ਜਿਹੜੇ ਚਲਾ ਰਹੇ ਨੇ, ਔਰ ਉਸ ਤੋਂ ਇਲਾਵਾ ਜਿਹੜੇ ਕਿ ਮੇਰੀ ਐਗਰੀਕਲਚਰ ਇੰਡਸਟਰੀ 'ਤੇ ਇਤਬਾਰ ਕਰਦੇ ਨੇ, ਉਹਨਾਂ ਨੂੰ ਪਤਾ ਕਿੱਦਾਂ ਦਾ ਮਟੀਰੀਅਲ ਆਉਂਦੇ, ਅਸੀਂ ਮਟੀਰੀਅਲ ਦੇ ਕਿਸੇ ਕਿਸਮ ਦਾ ਕੋਈ ਕੰਪਰੋਮਾਈਜ਼ ਨਹੀਂ ਕਰੀਦਾ, ਠੀਕ ਆ। ਅਤੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਹੈ ਨਾ ਜੀ ਡਿਸਕਾਂ ਨੂੰ ਜਿੰਨਾ ਹੋ ਸਕੇ ਡਿਸਕਾਂ ਨੂੰ ਗੋਬਰ ਰੂਟਾਵੇਟਰ ਰੇਜਰ ਕਰਾ ਕੋਈ ਵੀ ਚੀਜ਼ ਹੈ ਨਾ, ਕਿ ਕਿਸੇ ਵੀ ਕਿਸਮ ਦਾ ਕੋਈ ਟੋਚ ਨਾ ਲਾਉਣਾ ਪਵੇ, ਕੋਈ ਜਿਹੜੀ ਜੈਨੂਅਨ ਫਿਟਿੰਗ ਦੇ ਵਿੱਚ ਹੀ ਇਹ ਚੱਲੇ, ਕੋਈ 8-10 years ਚੱਲੇ, ਠੀਕ ਆ ਜੀ। ਹਰ ਬੰਦੇ ਦੀ ਇਹੀ ਕੋਸ਼ਿਸ਼ ਹੁੰਦੀ ਹੈ, ਅਤੇ ਅਲਹਮਦੁਲਿਲਾ ਸਾਡੀ ਵੀ ਇਹੀ ਕੋਸ਼ਿਸ਼ ਹੈ ਜੀ। ਇਹਦੇ ਵਿੱਚ ਕਿਹੜੀਆਂ ਚੇਂਜਿੰਗਾਂ ਕੀਤੀਆਂ ਜੀ, ਮੇਰੀ ਮੁਕੰਮਲ ਵੀਡੀਓ ਦੇਖਣਾ, ਇਨਸ਼ਾਅੱਲਾ ਤੁਹਾਨੂੰ ਨੌਲੇਜ 'ਚ ਵੀ ਇਜ਼ਾਫਾ ਹੋਏਗਾ, ਔਰ ਜਿਨ੍ਹਾਂ ਨੂੰ ਮੇਰੇ ਨਾਲ ਦੁੱਖ ਤਕਲੀਫ ਹੈਗੀ ਨਾ, ਮੇਰੇ ਮਾਰਕੀਟ ਵਾਲਿਆਂ ਨੂੰ ਕਾੜਾ ਵਾਲਿਆਂ ਨੂੰ, ਉਹ ਸਿੱਧਾ ਆ ਕੇ ਮੇਰੇ ਸੀਨੇ ਵੱਜਣ, ਠੀਕ ਆ ਜੀ। ਮੇਰੀ ਗੱਲ ਦਾ ਗੁੱਸਾ ਨਹੀਂ ਕਰਨਾ ਹੈਗਾ, ਕੋਈ ਬੰਦਾ ਹੈਗਾ ਜੇ ਕਿ ਮੇਰੀ ਵੀਡੀਓ ਦੇ ਨੀਚੇ ਆ ਕੇ ਨਾ ਗਲਤ ਕਮੈਂਟਸ ਕਰਦਾ ਹੈਗਾ ਜੇ, ਕਿਸੇ ਵੀ ਕਿਸੇ ਨਾਲ ਕਿਸੇ ਨੂੰ ਕੋਈ ਮਸਲਾ ਮਸਾਇਲ ਹੈਗਾ ਨਾ ਜੀ, ਮੇਰੇ ਨਾਲ ਡਾਇਰੈਕਟ ਆ ਕੇ ਮੇਰੇ ਨਾਲ ਮੁਖਾਤਬ ਹੋਵੇ ਅਤੇ ਮੈਨੂੰ ਆਪਣਾ ਦੁੱਖ ਤਕਲੀਫ ਦੱਸੇ। ਅਲਹਮਦੁਲਿਲਾ ਉਕਾੜਾ ਦੇ ਵਿੱਚ ਬਹੁਤ ਅੱਛਾ ਕੰਮ ਕਰਦੇ ਪਏ ਆ ਖਲੀਫਾ ਅਫਜ਼ਲ ਜ਼ਰਈ ਇੰਡਸਟਰੀ ਵਾਲੇ ਜੀ। ਇਹਦੀ ਮੁਕੰਮਲ ਡਿਟੇਲ ਜਿਹੜੀ ਦੇਖੋ ਜੀ, ਹੁਣ ਅਸੀਂ ਉਕਾੜਾ ਦੇ ਵਿੱਚ ਸਭ ਤੋਂ ਪਹਿਲੇ ਜਿਹੜੀ ਚੇਂਜਿੰਗ ਕੀਤੀ ਹੈ ਨਾ ਜੀ, ਅਸੀਂ 8 inches ਦਾ ਫਰੇਮ ਅਸੀਂ ਜਿਹੜਾ ਹੈਗਾ ਨਾ ਜੀ ਇਹ ਲਗਾਉਂਦੇ ਪਏ ਹਾਂ ਜੀ। ਫਿਰ ਜਿਹੜਾ ਅਸੀਂ ਕੁੰਡਾ ਦੇ ਰਹੇ ਨਾ ਜੀ, ਇਹ ਵਾਲਾ ਜਿਹੜਾ ਗੋਬਲ ਦਾ ਕੁੰਡਾ ਪਿਆ ਹੋਇਆ ਜੇ, ਜਿਹੜਾ ਟਰੈਕਟਰ ਦੇ ਪਿੱਛੇ ਪੈ ਕੇ ਚੱਲਦਾ ਜੇ, ਇਹ ਕੁੰਡਾ ਜਿਹੜੀ ਮਰਜ਼ੀ ਗੋਬਲ ਨੂੰ ਪਾ ਲੈਣਾ, ਮਗਰ ਇਸ ਗੋਬਲ ਨੂੰ ਕੁੰਡਾ ਇਹੀ ਪੈਣਾ ਜਿਹੜਾ ਅਸੀਂ ਦਿੱਤਾ ਹੈਗਾ ਜੇ, ਠੀਕ ਆ ਜੀ। ਇਹ ਇੰਪੋਰਟਿਡ ਤਵਾ ਲਗਾਇਆ ਜੇ, ਪਾਕਿਸਤਾਨ ਦਾ ਬਣਿਆ ਹੋਇਆ ਤਵਾ ਨਹੀਂ ਹੈਗਾ ਜੇ। ਇਹ ਜ਼ਹੀਰ ਭਾਈ ਉਹਨਾਂ ਦੀ ਸਾਡੀ ਐਗਰੀਕਲਚਰ ਇੰਡਸਟਰੀ ਦਾ ਇਤਬਾਰ ਕਰਨ ਦਾ ਸ਼ੁਕਰੀਆ ਜੀ। ਜ਼ਹੀਰ ਭਾਈ ਉਹਨਾਂ ਨੇ 70-80 thousand ਰੁਪਈਆ ਐਕਸਟਰਾ ਭਰਿਆ ਵਾ, ਉਹਦੀ ਭਰਨ ਦੀ ਰੀਜ਼ਨ ਕਿ ਉਹਨਾਂ ਨੂੰ ਸਾਡੀਆਂ ਡਿਸਕਾਂ ਅੱਛੀਆਂ ਲੱਗੀਆਂ ਜੀ, ਉਹ ਸਾਡੇ ਕੋਲ ਚੱਲ ਕੇ ਆਏ ਸੀ ਇੱਥੇ, ਯੂਟਿਊਬ 'ਤੇ ਵੀਡੀਓ ਦੇਖੀ ਸੀ, ਅਤੇ ਉਹ ਕਹਿੰਦੇ ਲੈਣੀਆਂ ਤਾਂ ਤੁਹਾਡੇ ਕੋਲ ਹੀ ਲੈਣੀਆਂ ਜੀ। ਇਹਦੀ ਮੈਂ ਦੱਸਦਾ ਜੀ ਕਿੰਨੇ ਦੀਆਂ ਲਈਆਂ ਹੈਗੀਆਂ ਨੇ, ਕਿਹੜਾ ਮਟੀਰੀਅਲ ਲੱਗਾ ਹੈ ਜੇ, ਅਤੇ ਸਾਰੀ ਡਿਟੇਲ ਇਨਸ਼ਾਅੱਲਾ ਮੈਂ ਨਾਲੋਂ ਨਾਲ ਤੁਹਾਨੂੰ ਦੱਸਦਾ ਜਾਂਦਾ ਜੀ। ਚੇਂਜਿੰਗ ਜਿਹੜੀ ਅਸੀਂ ਕੀਤੀ ਹੈਗੀ ਨਾ ਜੀ, ਇਹ ਜਿਹੜਾ ਕਬਜ਼ਾ ਅਸੀਂ ਲਗਾਇਆ ਹੈਗਾ ਜੀ,
ਠੀਕ ਹੈ ਜੀ। ਕਬਜ਼ਾ ਅਸੀਂ ਜਿਹੜੀ ਆ ਪਿੰਨ ਲਗਾਈ ਹੈਗੀ ਆ ਨਾ, ਇਹ 2.5 ਇੰਚ ਦੀ ਕਰ ਦਿੱਤੀ ਆ, 1.5 ਇੰਚ ਦੀ ਚੱਲਦੀ ਪਈ ਆ ਪੂਰੇ ਉਗਾੜਾ ਦੇ ਵਿੱਚ, ਮਗਰ ਅਸੀਂ ਇਹ 2.5 ਇੰਚ ਦੀ ਕਰ ਦਿੱਤੀ ਹੈਗੀ, ਠੀਕ ਹੋ ਗਿਆ। ਉਸ ਤੋਂ ਬਾਅਦ ਜਿਹੜੇ ਅਸੀਂ ਕੁੰਡੇ ਲਾਉਣੇ ਸ਼ੁਰੂ ਕੀਤੇ ਆ, ਦੇਖੋ ਦੇਖੀ ਮਾਰਕੀਟ 'ਚ ਕਾਫੀ ਦੋਸਤਾਂ ਨੇ ਜਿਹੜਾ ਨਾ ਜੀ ਲਗਾਉਣੇ ਸ਼ੁਰੂ ਕਰ ਦਿੱਤੇ। ਉਹ ਅੱਛਾ ਅੱਛੀ ਗੱਲ ਆ ਕਿ ਜਿਹੜਾ ਹੈਗਾ ਨਾ ਕਿ ਕਿਸਾਨ ਦੋਸਤਾਂ ਨੂੰ ਜਿਹੜਾ ਹੈਗਾ ਨਾ ਜੀ ਅੱਛੀ ਚੀਜ਼ ਬਣਾ ਕੇ ਦਿੰਦੇ ਨੇ, ਤਾਂ ਕਿ ਹਰ ਕੋਈ ਇਹ ਫਾਇਦਾ ਚੁੱਕ ਸਕਣ। ਅਸੀਂ ਜਿਹੜੀਆਂ ਡਿਸਕਾਂ ਬਣਾਉਂਦੇ ਹਾਂ ਨਾ ਜੀ, ਅਸੀਂ ਆਊਟ ਬਣਾਉਂਦੇ ਹਾਂ, ਸਾਡੀਆਂ ਡਿਸਕਾਂ 18 ਤਵੇ ਦੀਆਂ ਹੋਈਆਂ, 19 ਤਵੇ ਜਿੰਨੀਆਂ ਕੰਮ ਕਰਦੀਆਂ ਹੈਗੀਆਂ ਜੇ, ਕਿਉਂਕਿ ਡਿਸਕਾਂ ਤਾਂ ਹਰ ਕੋਈ ਬਣਾਉਂਦਾ ਵਾ, ਮਗਰ ਡਿਸਕਾਂ ਨੂੰ ਚਲਾਉਣਾ, ਉਸ ਤੋਂ ਬਾਅਦ ਉਹਨੂੰ ਸਮਝਾਉਣਾ ਕਸਟਮਰ ਨੂੰ, ਹਰ ਤਰ੍ਹਾਂ ਦੀ ਫਿਜੀਬਿਲਟੀ ਦੇਣਾ। ਹੁਣ ਜਿਸ ਤਰੀਕੇ ਦੇ ਨਾਲ ਹੁਣ ਅਸੀਂ ਜਿਹੜੀਆਂ ਡਿਸਕਾਂ ਬਣਾਉਂਦੇ ਪਏ ਨਾ ਜੀ, ਅਸੀਂ ਆਪਣੇ ਇਹ ਆਊਟ ਬਣਾਈ ਦੀ ਆ ਕਿ ਤਾਂ ਕਿ ਟਰੈਕਟਰ ਦੇ ਇੱਕ ਤਾਂ ਲੋਡ ਨਾ ਲਵੇ, ਔਰ ਅਗਲਾ ਤਵਾ ਜਿਹੜਾ ਹੈਗਾ ਨਾ ਜੀ ਮਿੱਟੀ ਪੁੱਟ ਕੇ, ਜਿਸ ਤਰੀਕੇ ਨਾਲ ਤਵਾ ਨਾ ਜੀ ਅਗਲੇ ਤਵੇ ਨੇ ਮਿੱਟੀ ਪੁੱਟ ਕੇ ਪਿਛਲੇ ਨੂੰ ਆਟੋਮੈਟਿਕ ਦੇਣੀ ਹੈ ਅਤੇ ਟਰੈਕਟਰ 'ਤੇ ਲੋਡ ਨਹੀਂ ਲੈਣਾ, ਇੱਕ ਚੀਜ਼। ਦੂਸਰੀ ਚੀਜ਼ ਹੁਣ ਜਿਹੜਾ ਹੈਗਾ ਨਾ ਜੀ ਅਕਸਰ ਦੇਖਿਆ ਹੋਏਗਾ ਕਿ ਛੋਟੇ ਮੋੜ 'ਤੇ ਆ ਕੇ ਨਾ ਲੋਕਾਂ ਦੀਆਂ ਆਂਢੀਆਂ ਗੁਆਂਢੀਆਂ ਦੀਆਂ ਕਿਸੇ ਦੀਆਂ ਵੀ ਹੈ, ਤੁਸੀਂ ਆਪਣੇ ਇਲਾਕੇ ਦੇ ਵਿੱਚ ਦੇਖੋਗੇ ਨਾ ਡਿਸਕਾਂ ਤਰਨਗੀਆਂ, ਪੂਰੀ ਜ਼ਮੀਨ 'ਚ ਨਹੀਂ ਲੱਗਦੀਆਂ। ਅਤੇ ਅਲਹਮਦੁਲਿਲਾ ਅਸੀਂ ਇਸ ਚੀਜ਼ ਦੀ ਗਰੰਟੀ ਦੇ ਦੀਆਂ, ਸਾਡੀਆਂ ਡਿਸਕਾਂ ਪੂਰੇ ਤਰੀਕੇ ਨਾਲ ਚਾਰੋਂ ਪਾਸੇ ਇੱਕੋ ਜਿਹੀਆਂ ਲੱਗਦੀਆਂ ਜੇ, ਠੀਕ ਆ ਜੀ। ਅਤੇ ਉਸ ਤੋਂ ਬਾਅਦ ਫਿਰ ਮੈਂ ਅਕਸਰ ਆਪਣੇ ਦੋਸਤਾਂ ਨੂੰ ਇਹ ਵੀ ਗੱਲ ਕਹਿੰਦਾ ਹੁੰਦਾ ਜੀ ਕਿ ਕਿਸੇ ਵੀ ਕਿਸਮ ਦਾ ਕੋਈ ਮਸਲਾ ਮਸਾਇਲ ਹੋਵੇ, ਕਿਸੇ ਵੀ ਜ਼ਰਾਈ ਲਾਦਾ, ਇਹ ਨਹੀਂ ਕਿ ਮੇਰੇ ਬਣੇ ਜ਼ਰਾਈ ਲਾਦਾ, ਅਗਰ ਤੁਹਾਡਾ ਕਿਸੇ ਕੋਲ ਵੀ ਕੋਈ ਵੀ ਜ਼ਰਾਈ ਲਾਦ ਕਿਸੇ ਵੀ ਮਾਰਕੀਟ ਦੇ ਵਿੱਚੋਂ ਕਿਸੇ ਕੋਲ ਵੀ ਲੈ ਕੇ ਜਾਂਦੇ, ਇਨਸ਼ਾਅੱਲਾ ਅਸੀਂ ਉਹਨਾਂ ਨਾਲ ਵੀ ਪੂਰਾ ਕੋਆਪਰੇਟ ਕਰੀਦਾ, ਕਿਉਂਕਿ ਜ਼ਮੀਨਦਾਰਾਂ ਦਾ ਜੋ ਕੱਲ੍ਹ ਅੱਜ ਕੱਲ੍ਹ ਹਾਲਾਤ ਚੱਲਦੇ ਪਏ ਨਾ ਜੀ, ਬੜੇ ਮਾਠੇ ਹਾਲਾਤ ਚੱਲਦੇ ਪਏ ਕਿ ਜਿਹੜਾ ਕਿ 3900 ਗੰਦਮ ਦਾ ਰੇਟ ਕੱਢਿਆ ਜੇ, ਮਗਰ 3900 ਦੇ ਵਿੱਚ ਵੀ ਹਕੂਮਤ ਲੈਣ ਨਹੀਂ ਦਈ। ਉਸ ਤੋਂ ਬਾਅਦ ਜਿਹੜਾ ਹੈਗਾ ਜੇ 3200 3400 3500 3600 ਇਹ ਰੇਟ 'ਤੇ ਚੱਲਦੀ ਪਈ ਹੈ, ਅਤੇ ਕਿਸਾਨ ਵੀਰਿਆਂ ਨੇ ਵੀ ਜਿਹੜਾ ਨਾ ਜੀ ਬੜੇ ਔਖੇ ਕਰਕੇ ਪੈਸੇ ਜਮ੍ਹਾਂ ਕਰਕੇ ਅਤੇ ਜ਼ਰਾਈਲਾਤ ਬਣਾਉਣੇ ਹੁੰਦੇ ਨੇ ਜੀ, ਔਰ ਕਿਸਾਨਾਂ ਦੇ ਨਾਲ ਹੀ ਸਾਨੂੰ ਭਾਰਾ ਹੈ, ਠੀਕ ਆ ਜੀ। ਅਸੀਂ ਮੁਕੰਮਲ ਕਰਕੇ ਦੇਈਦੀ ਆ ਬੈਰਿੰਗਾਂ ਦੇ ਵਿੱਚ ਗਰੀਸ ਪਾ ਕੇ, ਠੀਕ ਆ ਜੀ। ਬੈਰਿੰਗ ਜਿਹੜੇ ਹੈਗੇ ਆ ਰੂਸੀ ਦੇ ਬੈਰਿੰਗ ਪਾ ਕੇ ਦਿੰਦੇ ਨੇ ਜੀ, ਠੀਕ ਹੈ। ਚਾਈਨਾ ਦਾ ਬੈਰਿੰਗ ਨਹੀਂ ਅਸੀਂ ਪਾਉਂਦੇ, ਅਤੇ ਰੂਸੀ ਦਾ ਬੈਰਿੰਗ ਪਾ ਕੇ ਦੇਈਦਾ ਜੀ, ਉਸ ਤੋਂ ਬਾਅਦ ਗਰੀਸ ਵੀ ਕਰਕੇ ਦੇਈਦੀ ਆ, ਗਰੀਸ ਤੋਂ ਬਗੈਰ ਵੀ ਚੱਲ ਜਾਂਦੀ ਆ, ਮਗਰ ਆਪਣੇ ਕਸਟਮਰ ਨੂੰ ਅਸੀਂ ਦੋਸਤਾਂ ਨੂੰ ਇਹ ਕਹੀਦਾ ਵਾ ਕਿ ਲਾਜ਼ਮੀ ਜਿਹੜੀ ਹੈ ਨਾ ਗਰੀਸ ਜਿਹੜੀ ਹੈ ਕਿ ਲਾਜ਼ਮੀ ਕਰਿਆ ਕਰੋ, ਗਰੀਸ ਕਰਕੇ ਚਲਾਓਗੇ ਨਾ ਜੇ ਇਨਸ਼ਾਅੱਲਾ ਤੁਹਾਡੀ ਗੋਬਲ ਦੀ ਜਿਹੜੀ ਲਾਈਫ ਵਧੇਗੀ। ਇਸੇ ਤਰੀਕੇ ਦੇ ਨਾਲ ਹੁਣ ਦੇਖੋ ਨਾ ਜੀ, ਅਕਸਰ ਦੋਸਤ ਜਿਹੜੇ ਹੈਗੇ ਨਾ ਜੀ ਜਦੋਂ ਡਿਸਕਾਂ ਚਲਾ ਚਲੋ ਕੇ 100-200-300 ਕਿੱਲਾ ਚਲਾ ਕੇ ਰੱਖ ਲੈਂਦੇ ਨੇ, ਉਹ ਚਲਾਉਣ ਤੋਂ ਬਾਅਦ ਨਾ ਜੀ ਡਿਸਕਾਂ ਨੂੰ ਉਂਝ ਹੀ ਮਿੱਟੀ ਦੇ ਵਿੱਚ ਖੁੱਭੀਆਂ ਰਹਿਣ ਦਿੰਦੇ, ਠੀਕ ਆ ਜੀ। ਹੁਣ ਆਹ ਸਟੈਂਡ ਅਸੀਂ ਲਗਾ ਦਿੱਤੇ, ਇੱਕ ਸਟੈਂਡ ਇੱਧਰਲੀ ਸਾਈਡ 'ਤੇ ਲਗਾ ਦਿੱਤਾ ਜੇ, ਇੱਕ ਅਗਲੀ ਸਾਈਡ 'ਤੇ ਲਗਾ ਦਿੱਤਾ ਜੇ, ਇਸ ਤਰੀਕੇ ਨਾਲ ਸਟੈਂਡ 'ਤੇ ਤੁਸੀਂ ਖੜੀ ਕਰ ਦਿੰਦੀ ਆ ਜਿਹੜੇ ਤਵੇ ਤੁਹਾਡੇ ਹਵਾ ਦੇ ਵਿੱਚ ਹੋਣ। ਮੈਂ ਤੁਹਾਨੂੰ ਦਿਖਾ ਦਿੰਦਾ ਜੀ, ਇਹ ਦੇਖੋ ਨਾ ਜੀ ਤਵੇ ਜਿਹੜੇ ਜ਼ਮੀਨ ਤੋਂ ਹਵਾ ਦੇ ਵਿੱਚ ਹੋਣ ਇਸ ਤਰੀਕੇ ਦੇ ਨਾਲ, ਇਹਦੇ ਨਾਲ ਤੁਹਾਡੇ ਤਵਿਆਂ ਦੀ ਲਾਈਫ ਵੀ ਵੱਧਦੀ ਹੈ, ਤੁਹਾਡੀ ਡਿਸਕਾਂ ਦੀ ਵੀ ਲਾਈਫ ਵੱਧਦੀ ਹੈਗੀ ਜੀ, ਠੀਕ ਆ ਜੀ। ਬਾਕੀ ਮੇਰੇ ਦੋਸਤਾਂ ਨੂੰ ਸਾਰਿਆਂ ਨੂੰ ਸਾਰੀ ਡਿਟੇਲ ਦੀ ਸਮਝ ਤਾਂ ਲੱਗ ਗਈ ਹੋਈ, ਅਗਰ ਕਿਸੇ ਕਿਸਮ ਦੀ ਮਾਲੂਮਾਤ ਲੈਣੀ ਆ ਫੋਨ ਨੰਬਰ ਮੇਰਾ ਨੋਟ ਕਰ ਲਓ, ਇਹ ਮੇਰਾ ਫੋਨ ਨੰਬਰ ਜੀ 0345-7545-358, ਇਹ ਮੇਰਾ ਫੋਨ ਨੰਬਰ ਹੈਗਾ ਜੀ, ਇਹ ਤਾਂ ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਹੋ, ਠੀਕ ਆ ਜੀ। ਕਿਸੇ ਨੇ ਆਪਣੀਆਂ ਡਿਸਕਾਂ ਬੁੱਕ ਕਰਵਾਉਣੀਆਂ, ਬਾਕੀ ਜਿਨ੍ਹਾਂ ਦੀਆਂ ਬੁਕਿੰਗ ਹੋਈ ਪਈ ਹੈ ਸਾਰੇ ਦੋਸਤਾਂ ਦੀ, ਇਨਸ਼ਾਅੱਲਾ ਉਹ ਵੀ ਨਾਲੋ ਨਾਲ ਇਨਸ਼ਾਅੱਲਾ ਅਪਲੋਡ ਕਰਦੇ ਜਾਵਾਂਗੇ ਜੀ। ਅਗਰ ਮੇਰੀ ਵੀਡੀਓ ਅੱਛੀ ਲੱਗੇ ਤਾਂ ਦੋਸਤਾਂ ਵਿੱਚ ਸ਼ੇਅਰ ਲਾਜ਼ਮੀ ਕਰਿਆ ਕਰੋ, ਅਤੇ
ਉਸ ਤੋਂ ਬਾਅਦ ਜਿਨ੍ਹਾਂ ਨੇ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਵੀ ਕਰ ਲੈਣਗੇ। ਮੈਂ ਫਿਰ ਤੁਹਾਨੂੰ ਦੱਸ ਰਿਹਾ ਜੀ ਡਿਸਕਾਂ ਚਲਾਉਣ ਦਾ ਤਰੀਕਾਕਾਰ। ਅਕਸਰ ਦੇਖਿਆ ਹੋਏਗਾ ਕਿ ਦੋਸਤਾਂ ਦੇ ਨਾਲ ਜੀ ਕਿ ਜਿਹੜੀਆਂ ਡਿਸਕਾਂ ਹੈਗੀਆਂ ਨੇ ਉਹ ਨਾ ਜੀ ਇੱਕ ਫੇਰਾ ਲੈ ਕੇ ਜਾਂਦੇ ਨਾ ਜੁਦਾ ਦੂਜਾ ਫੇਰੇ ਦੇ ਉੱਤੇ ਜਦੋਂ ਟਾਇਰ ਤੁਹਾਡਾ ਲੀਹ ਦੇ ਵਿੱਚ ਆਉਂਦਾ ਅਤੇ ਲੀਹ ਦੀ ਮਿੱਟੀ ਪੂਰੀ ਨਹੀਂ ਕਰਦਾ ਤਾਂ ਇੰਝ ਲੱਗਦਾ ਜਿਵੇਂ ਲਾਈਨਾਂ ਮਾਰਦੇ ਜੀ। ਅਤੇ ਇਨਸ਼ਾਅੱਲਾ ਅਲਹਮਦੁਲਿਲਾ ਸਾਡੀਆਂ ਡਿਸਕਾਂ ਇਹ ਕੰਮ ਨਹੀਂ ਕਰਦੀਆਂ ਹੈਗੀਆਂ। ਉਹ ਤਰੀਕਾਕਾਰ ਸਮਝਾ ਦੇਈਦਾ ਵਾ, ਇੰਝ ਦਾ ਮਸਲਾ ਬਣਦਾ ਤਾਂ ਨਹੀਂ ਹੈਗਾ, ਮਗਰ ਅਸੀਂ ਉਹ ਤਰੀਕਾਕਾਰ ਵੀ ਸਮਝਾ ਦੇਈਦਾ ਕਿਸ ਤਰੀਕੇ ਨਾਲ ਇਹ ਲੀਕ ਜਿਹੜੀ ਖਤਮ ਕਰੀ ਦੀ ਹੈ ਜੀ। ਹੁਣ ਇਸ ਤਰੀਕੇ ਨਾਲ ਮੈਂ ਹੋਰ ਵੀ ਤੁਹਾਨੂੰ ਦਿਖਾਉਂਦਾ ਜੀ, ਜਿਹੜਾ ਕਿ ਅਸੀਂ ਪ੍ਰੈਸ਼ਰ ਵਾਲੀਆਂ ਵੀ ਡਿਸਕਾਂ ਜਿਹੜੀਆਂ ਤਿਆਰ ਕਰਕੇ ਰੱਖੀਆਂ ਹੋਈਆਂ ਨੇ, ਉਹ ਜਿਹੜੇ ਜਿਹੜੇ ਦੋਸਤਾਂ ਨੇ ਆਰਡਰ ਦਿੱਤੇ ਉਹਨਾਂ ਦੀਆਂ ਵੀ ਤਿਆਰ ਹੁੰਦੀਆਂ ਪਈਆਂ ਨੇ, ਮੈਂ ਤੁਹਾਨੂੰ ਉਹ ਵੀ ਦਿਖਾਉਂਦਾ ਜੀ। ਇਹ ਦੇਖੋ ਨਾ ਜੀ, ਇਹ ਪ੍ਰੈਸ਼ਰ ਵਾਲੀਆਂ ਡਿਸਕਾਂ ਜਿਹੜੀਆਂ ਬਿਲਕੁਲ ਰੈਡੀ ਹੈਗੀਆਂ ਨੇ। ਇਨਸ਼ਾਅੱਲਾ ਇਹਦੀ ਡਿਟੇਲ ਵੀ ਇਨਸ਼ਾਅੱਲਾ ਜਲਦੀ ਹੀ ਅਪਲੋਡ ਕਰਾਂਗੇ ਜੀ। ਹੁਣ ਕਿ ਜਿਵੇਂ ਕਿ ਦੋਸਤਾਂ ਨੇ ਕਿਸਾਨ ਵੀਰਾਂ ਨੇ ਕਣਕ ਵਗੈਰਾ ਸੇਲ ਕਰ ਲਈ ਹੈ ਅਤੇ ਬੁਕਿੰਗ ਹੋਣੀ ਸ਼ੁਰੂ ਹੋ ਗਈ ਜੇ, ਇਹ ਮੱਕੀ ਵਾਲਾ ਸ਼ੈਲਰ ਹੈਗਾ ਜੇ, ਠੀਕ ਆ ਜੀ। ਇੱਕ ਵਾਰੀ ਫਿਰ ਮੈਂ ਤੁਹਾਨੂੰ ਦੱਸ ਦੇਵਾਂ ਦੋਸਤਾਂ ਨੂੰ, ਇਹ ਇੰਪੋਰਟਿਡ ਤਵਾ ਪਾ ਕੇ ਦਿੱਤਾ ਜੀ ਜ਼ਹੀਰ ਭਾਈ ਨਾਲ ਗੱਲ ਜਿਹੜੀ ਕਮੈਂਟਮੈਂਟ ਹੋਈ ਸੀਗੀ ਜੀ, ਕਿਉਂਕਿ ਉਮਰ ਦਾ ਤਵਾ ਵੀ ਬੜਾ ਅੱਛਾ ਚੱਲਦਾ, ਮੈਂ ਉਮਰ ਦੇ ਤਵੇ ਤੋਂ ਇਲਾਵਾ ਕੋਈ ਰਿਕਮੈਂਡ ਨਹੀਂ ਕਰਦਾ ਜੀ, ਮਗਰ ਇਹਦਾ ਬੜਾ ਅੱਛਾ ਫੀਡਬੈਕ ਮਿਲਿਆ ਹੈਗਾ ਜੀ। ਇਹ ਤਵਾ ਥੋੜ੍ਹਾ ਜਿਹਾ ਮਹਿੰਗਾ ਹੈਗਾ ਉਮਰ ਦੇ ਤਵੇ ਨਾਲੋਂ, ਕਿਉਂਕਿ ਉਮਰ ਦਾ ਤਵਾ ਤਾਂ ਹਰ ਦੋਸਤ ਨੂੰ ਪਤਾ ਹੈਗਾ ਕਿ ਉਗਾੜ ਪਾਕਿਸਤਾਨ ਦੇ ਵਿੱਚ ਬਣਦਾ ਪਿਆ ਜੇ, ਠੀਕ ਆ ਜੀ, ਪਾਕਿਸਤਾਨ ਦੇ ਵਿੱਚ ਇਹਦੀ ਇੰਡਸਟਰੀ ਲੱਗੀ ਹੋਈ ਜੇ। ਔਰ ਜਿਹੜਾ ਹੈਗਾ ਜੇ ਤਵਾ ਇੰਪੋਰਟਿਡ ਤਵਾ, ਠੀਕ ਆ ਜੀ, ਇਹ ਜਿਹੜਾ ਹੈਗਾ ਜੇ ਆਊਟ ਆਫ ਕੰਟਰੀ ਦੇ ਵਿੱਚ ਇੰਪੋਰਟ ਹੋ ਕੇ ਆਉਂਦਾ ਜੇ ਪਾਕਿਸਤਾਨ ਦੇ ਵਿੱਚ, ਜ਼ਾਹਰ ਹੀ ਗੱਲ ਆ ਪਾਕਿਸਤਾਨ ਦੇ ਵਿੱਚ ਜਿਹੜੀ ਚੀਜ਼ ਵੀ ਇੰਪੋਰਟ ਹੋ ਕੇ ਆਉਂਦੀ ਹੈ ਉਹ ਕੁਆਲਿਟੀ ਵਾਲੀ ਹੁੰਦੀ ਜੇ। ਬਾਕੀ ਮੇਰੀ ਵੀਡੀਓ ਅੱਛੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਨਾ। ਹੁਣ ਮੈਂ ਤੁਹਾਨੂੰ ਨਾ ਜੀ ਜ਼ਹੀਰ ਭਾਈ ਹੋਣਾਂ ਦੀ ਰਸੀਦ ਵੀ ਦਿਖਾਉਂਦਾ ਜੀ, ਇਹਨਾਂ ਨੇ ਕਿੰਨੇ ਦੀ ਡਿਸਕ ਲਈ ਹੋਏਗੀ ਜੇ, ਔਰ ਕਿਸੇ ਨੇ ਬੁੱਕ ਕਰਵਾਉਣੀ ਹੈ ਤਾਂ ਫੋਨ ਨੰਬਰ 'ਤੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਜੇ, ਰਸੀਦ ਵੀ ਚੈੱਕ ਕਰ ਲਓ ਜੀ ਜ਼ਹੀਰ ਭਾਈ ਹੋਣਾਂ ਦੀ ਇਹ ਕਿੰਨੇ ਦੀ ਇਹਨਾਂ ਨੇ ਲਾਈ ਜੀ। ਇਹ ਜੀ ਜ਼ਹੀਰ ਭਾਈ ਹੋਣਾਂ ਦੀ ਮੈਂ ਤਸਵੀਰ ਰਸੀਦ ਵਿਖਾ ਰਿਹਾ ਜੀ, 23/3/2024 ਨੇ ਇਹਨਾਂ ਨੇ ਬੁਕਿੰਗ ਕਰਵਾਈ ਸੀ ਸਾਡੇ ਕੋਲੋਂ, ਅਤੇ ਅਲਹਮਦੁਲਿਲਾ ਅੱਜ ਰੈਡੀ ਹੋ ਗਏ ਜੇ। ਅੱਜ ਤਰੀਕ ਹੈਗੀ ਜੇ ਤਕਰੀਬਨ 4th month 21 ਆ ਮੇਰੇ ਖਿਆਲ ਦੇ ਵਿੱਚ, ਠੀਕ ਆ ਜੀ। ਜਨਾਬ ਜ਼ਹੀਰ ਤਾਂ ਮੀਆਂ ਚੰਨੂ ਤੋਂ ਜੀ, ਤਲੰਬਾ ਹੈਗਾ ਜੀ ਮੀਆਂ ਚੰਨੂ ਤੋਂ ਅੱਗੇ ਉੱਧਰ ਹੀ ਸਾਈਡ 'ਤੇ ਜੀ, ਅਤੇ ਮੁਕੰਮਲ ਮੈਂ ਤੁਹਾਨੂੰ ਦਿਖਾ ਦੇਣ ਲੱਗਾ ਜੀ ਇਹ ਕਿੰਨੇ ਦੀਆਂ ਮੈਂ ਦਿੱਤੀਆਂ ਜੇ। ਇਹ ਦੇਖੋ ਜੀ, ਇੱਕ ਅਦਰ ਗੋਬਲ 18 ਤਵੇ ਵਾਲੀ, 7 lakh rupees ਦੀ ਗੱਲ ਹੋਈ ਸੀ, 15,000 ਲੈਸ ਕੀਤੀ ਸੀ ਜੀ ਇਹਨਾਂ ਨਾਲ, ਅਤੇ ਟੋਟਲ ਰਕਮ ਆ 6,85,000 ਜੀ। ਇਹ ਮੈਂ ਦਿੱਤੀਆਂ ਹੈਗੀਆਂ ਜੀ ਜ਼ਹੀਰ ਭਾਈ ਉਹਨਾਂ ਨੂੰ। ਅਗਰ ਕਿਸੇ ਨੂੰ ਕਿਸੇ ਵੀ ਜ਼ਰੀਲਾ ਦੀ ਜ਼ਰੂਰਤ ਹੈਗੀ ਜੇ, ਫੋਨ ਨੰਬਰ ਤੁਹਾਨੂੰ ਮੈਂ ਦੱਸਦਾ ਜੀ, ਫਿਰ ਦੱਸ ਦਿੰਦਾ ਜੀ, 0345745 3 ਮੇਰਾ ਫੋਨ ਨੰਬਰ ਹੈਗਾ ਜੇ। ਉਮਰ ਦੇ ਤਵੇ ਦੇ ਨਾਲ ਇਹ ਜ਼ਹੀਰ ਭਾਈ ਉਹਨਾਂ ਨਾਲ ਇਹ ਗੱਲ ਹੋਈ ਸੀਗੀ ਜੀ, ਠੀਕ ਆ ਜੀ, 24 inch ਦੇ ਤਵੇ ਦੇ ਨਾਲ। ਫਿਰ ਜਿਹੜਾ ਹੈਗਾ ਨਾ ਜੀ ਉਮਰ ਦਾ ਅੱਛਾ, ਉਮਰ ਤੋਂ ਅੱਛਾ ਤਵਾ ਇੰਪੋਰਟੈਂਟ ਪਾ ਕੇ ਦਿੱਤਾ ਜੇ, ਉਹ ਮੁਕੰਮਲ ਡਿਟੇਲ ਆ ਦੇਖੋ ਨਾ ਜੀ, ਇਹ ਦੱਸੀ ਹੋਈ ਜੇ ਕਿੰਨੇ ਕਿੰਨੇ ਵੇਲੇ ਉਹ ਫਿਰ ਐਡਵਾਂਸ ਔਨਲਾਈਨ ਪੈਸੇ ਭੇਜਦੇ ਰਹੇ ਨੇ ਜੀ, ਠੀਕ ਆ ਜੀ, ਇਹ ਸਾਰੀ ਡਿਟੇਲ ਦੱਸੀ ਜੇ। ਇਹ ਉਮਰ ਦੇ ਤਵੇ ਨਾਲੋਂ ਮਹਿੰਗੀ ਦਿੱਤੀ ਹੈਗੀ ਜੇ, ਉਹਦੇ ਫਿਰ ਜ਼ਿਆਦਾ ਪੈਸੇ ਚਾਰਜ ਕੀਤੇ ਹੈਗੇ ਨੇ, ਯਾਨੀ ਕਿ 6,95,000 ਦੀ ਗੱਲ ਹੋਈ ਸੀ, ਫਿਰ ਉਹਦੇ ਜ਼ਿਆਦਾ ਪੈਸੇ ਚਾਰਜ ਕੀਤੇ ਨੇ ਜੀ। ਜਜ਼ਾਕ ਅੱਲਾ ਜੀ, ਸਲਾਮ ਅਲੈਕੁਮ।